ਕਿ ਅੱਜ ਪੂਰੇ ਵਿਸ਼ਵ ਵਿੱਚ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ, ਜਿਨ੍ਹਾਂ ਨੇ ਭਾਰਤੀ ਸੰਸਕ੍ਰਿਤੀ ਦਾ ਪੰਚਮ ਜਿਹੜਾ ਪੂਰੀ ਦੁਨੀਆ 'ਚ ਲਹਿਰਾਇਆ ਔਰ ਯੂਨਾਈਟਿਡ ਨੇਸ਼ਨਸ ਵਿੱਚੋਂ 21 ਜੂਨ ਨੂੰ ਬਤੌਰ ਅੰਤਰਰਾਸ਼ਟਰੀ ਯੋਗ ਦਿਵਸ ਮਨਾਉਣ ਦਾ ਜਿਹੜਾ ਪ੍ਰਣ ਲਿਆ, ਉਹ ਅੱਜ ਪੂਰੇ ਭਾਰਤ ਵਿੱਚ ਉਸ ਪ੍ਰਣ 'ਤੇ ਫੁੱਲ ਚੜ੍ਹਾਏ ਜਾ ਰਹੇ ਨੇ। ਤੀਸਰੀ ਵਾਰੀ ਉਹ ਪ੍ਰਧਾਨ ਮੰਤਰੀ ਬਣੇ ਨੇ। ਉਹ ਸਿਰਫ ਰਾਜਨੈਤਿਕ ਆਰਥਿਕ ਇਹ ਵਿਕਾਸ ਤਾਂ ਚਲੋ ਜ਼ਰੂਰੀ ਹਨ, ਦੇਸ਼ ਦੇ ਅਰਥ ਵਿਵਸਥਾ ਵੀ ਜ਼ਰੂਰੀ ਹੈ, ਬਾਕੀ ਸਭ ਜ਼ਰੂਰੀ ਹੈ, ਲੇਕਿਨ ਪੂਰੇ ਭਾਰਤ ਦੇ ਲੋਕਾਂ ਦਾ ਮਾਨਸਿਕ ਔਰ ਸਿਹਤ ਦਾ ਧਿਆਨ ਰੱਖਣ ਦੇ ਪ੍ਰਣ ਨੂੰ ਧਿਆਨ ਵਿੱਚ ਰੱਖਦੇ ਹੋਏ ਉਹਨਾਂ ਨੇ ਯੋਗ ਮਨਾਉਣ ਦਾ ਪ੍ਰਣ ਲਿਆ ਔਰ ਅਸੀਂ ਉਹਨਾਂ ਦੇ ਹੀ ਅੱਜ ਆਦੇਸ਼ਾਂ ਅਨੁਸਾਰ ਦੇਖਿਆ ਤੁਸੀਂ ਇੱਕ ਬਹੁਤ ਵੱਡਾ ਹਜੂਮ, 200-300 ਬੱਚਾ ਜਿਹੜਾ ਹੈ ਉਹ DAV ਕਾਲਜ ਵਿੱਚ ਇਕੱਠਾ ਹੋਇਆ। NCC, NSS, ਅਲੱਗ ਅਲੱਗ ਸਕੂਲਸ, ਅਲੱਗ ਅਲੱਗ ਕਾਲਜ, AU ਬੈਂਕ, ਲਾਇਨਸ ਕਲੱਬ, ਨਕੋਦਰ ਗ੍ਰੇਟਰ, ਇਹ ਸਾਰੇ ਆਏ। ਅੱਜ ਹੀ ਆਪਾਂ ਇਹ ਜਿਹੜਾ ਹੈ ਉਹ ਯੋਗ ਨਾ ਕਰੀਏ, ਅਸੀਂ ਇਹਨੂੰ ਆਪਣੇ ਜੀਵਨ ਦੀ ਇੱਕ ਵਧੀਆ ਆਦਤ ਬਣਾਈਏ ਔਰ ਆਉਣ ਵਾਸਤੇ ਆਪਾਂ ਪੂਰੇ ਭਾਰਤ ਨੂੰ ਇੱਕ ਨਿਰੋਗ ਭਾਰਤ ਬਣਾਈਏ। ਔਰ ਮੇਰਾ ਪੂਰਾ ਵਿਸ਼ਵਾਸ ਹੈ ਕਿ ਜੇ ਆਪਾਂ ਅਨੁਸਰਣ ਕਰਦੇ ਹਾਂ ਅੱਜ ਯੋਗ ਦਿਵਸ ਦੇ ਤੌਰ 'ਤੇ ਔਰ ਪ੍ਰਣ ਕਰਦੇ ਹਾਂ ਕਿ ਅਸੀਂ ਇਸ ਨੂੰ ਆਪਣੇ ਜੀਵਨ ਵਿੱਚ ਇੱਕ ਸ਼ੈਲੀ ਬਣਾਵਾਂਗੇ, ਤਾਂ ਮੇਰਾ ਪੂਰਾ ਯਕੀਨ ਹੈ ਕਿ ਭਾਰਤ ਨਿਰੋਗ ਨਹੀਂ ਰਹਿ ਸਕਦਾ, ਭਾਰਤ ਪੱਕਾ ਵਿਸ਼ਵ ਗੁਰੂ ਬਣੇਗਾ ਔਰ ਭਾਰਤ ਦੁਨੀਆ ਵਿੱਚ ਇੱਕ ਸਵਸਥ ਦੇਸ਼ ਬਣ ਕੇ ਸਾਹਮਣੇ ਆਏਗਾ। ਸਰ, ਜੇਕਰ ਗੱਲ ਕਰੀਏ, ਲਗਾਤਾਰ ਬਿਮਾਰੀਆਂ ਵੱਧਦੀਆਂ ਜਾ ਰਹੀਆਂ ਹੈਗੀਆਂ, ਬੱਚਿਆਂ ਦੇ ਵਿੱਚ ਵੀ ਅੱਜ ਤੋਂ ਜਿਹੜੀਆਂ ਹੈਗੀਆਂ ਕਾਫੀ ਬਿਮਾਰੀਆਂ ਵੱਧਦੀਆਂ ਜਾ ਰਹੀਆਂ, ਕੀ ਕਹਿਣਾ ਚਾਹੋਗੇ? ਬੁਨੀ ਜੀ, ਬੱਚਿਆਂ ਦੀਆਂ ਬਿਮਾਰੀਆਂ ਵਿੱਚ ਵਾਧਾ, ਉਹਦਾ ਕਾਰਨ ਸਾਡੀ ਜੀਵਨ ਸ਼ੈਲੀ ਹੈ। ਇਹ ਸੋਸ਼ਲ ਮੀਡੀਆ, ਇਹ ਫੋਨ ਜਦੋਂ ਤੱਕ ਬੱਚੇ ਦੇ ਹੱਥ ਵਿੱਚ ਆ ਗਿਆ ਹੈ, ਦੇਰ ਰਾਤ ਉਹ ਜਾਗਦਾ ਹੈ, ਜੰਕ ਫੂਡ ਉਹ ਖਾ ਰਿਹਾ ਹੈ। ਜੇਕਰ ਅਸੀਂ ਆਪਣਾ ਸੌਣ ਦਾ ਨਿਯਮ 10 ਤੋਂ ਸਵੇਰੇ 4 ਜਾਂ 5 ਵਜੇ ਦਾ ਬਣਾਉਂਦੇ ਹਾਂ ਔਰ ਜੰਕ ਫੂਡ ਨੂੰ ਬਿਲਕੁਲ ਤਿਆਗ ਦਿੰਦੇ ਹਾਂ, ਇਹ ਰੋਗ ਮਹੀਨੇ ਵਿੱਚ ਸਾਰੇ ਮੁੱਕ ਜਾਣਗੇ। ਇਹ ਰੋਗ ਕੋਈ ਇਹੋ ਜਿਹੇ ਰੋਗ ਨਹੀਂ ਹੈ, ਕਿਉਂਕਿ ਸਾਡੀ ਪੱਧਤੀ ਜਿਹੜੀ ਹੈ, ਜੋ ਸਨਾਤਨ ਧਰਮ ਹੈ, ਜੋ 5000 ਪੁਰਾਣੀ ਸਾਡੀ ਸੱਭਿਅਤਾ ਹੈ, ਜੋ ਉਹਨੂੰ ਸਾਨੂੰ ਸਿਖਾਇਆ ਹੈ। ਮੈਂ ਤੁਹਾਡੇ ਸਾਹਮਣੇ ਖੜ੍ਹਾ ਹਾਂ, ਮੈਂ 66 ਸਾਲ ਦਾ ਹਾਂ, ਮੈਂ ਕਿਸੇ ਤਰ੍ਹਾਂ ਦੀ ਕੋਈ ਦਵਾਈ ਨਹੀਂ ਖਾਂਦਾ ਆਪਣੇ ਨੂੰ ਸਵਸਥ ਰੱਖਣ ਨੂੰ, ਲੇਕਿਨ ਮੈਂ ਯੋਗ ਜ਼ਰੂਰ ਕਰਦਾ ਹਾਂ। ਮੈਂ ਪੂਰੇ ਦੁਨੀਆ ਨੂੰ ਕਿਹਾ ਸੀ, ਪੂਰੇ ਨਕੋਦਰ ਨੂੰ ਕਿਹਾ ਸੀ ਕਿ ਮੇਰੇ ਨਾਲ ਆ ਕੇ ਯੋਗ ਕਰੋ, ਫ੍ਰੀ ਕਰਾਇਆ ਜਾਏਗਾ। ਠੀਕ ਹੈ, ਕੁਛ ਲੋਕ ਆਏ, ਨਹੀਂ ਆਏ, ਲੇਕਿਨ ਜਦੋਂ ਅਸੀਂ ਆਪਣੀਆਂ ਪਰੰਪਰਾਵਾਂ ਨੂੰ ਨਿਭਾਵਾਂਗੇ, ਭੋਜਨ ਸਹੀ ਕਰਾਂਗੇ, ਨਿਯਮਿਤ ਸ਼ੈਲੀ 'ਚ ਚੱਲਾਂਗੇ, ਤਾਂ ਸਰ ਡਾਕਟਰ ਕੋਲ ਜਾਣ ਦੀ ਲੋੜ ਨਹੀਂ ਹੈ, ਤੁਹਾਡਾ ਰੋਗ ਇੱਥੇ ਹੀ ਠੀਕ ਹੋਣਗੇ ਔਰ ਤੁਸੀਂ ਨਿਰੋਗ ਹੋ ਜਾਓਗੇ। ਮੇਰਾ ਵਾਅਦਾ ਹੈ ਕਿ ਜੇ ਤੁਸੀਂ ਨਿਰੋਗ ਯੋਗ ਕਰਨਾ ਸ਼ੁਰੂ ਕਰ ਦਿਓਗੇ, ਠੀਕ ਹੈ, ਤਾਂ ਆਪਣੇ ਆਪ ਨਿਰੋਗ ਹੋ ਜਾਓਗੇ, ਇਹ ਬਿਮਾਰੀਆਂ ਦਾ ਆਪਾਂ ਜਿੱਤ ਹਾਸਲ ਕਰਾਂਗੇ। ਸਰ, ਇੱਕ ਹੋਰ ਵੀ ਚੀਜ਼ ਦੇਖਣ ਜਾਂਦੀ ਹੈ, ਦਰਖਤ ਕੱਟੇ ਜਾ ਰਹੇ ਨੇ ਜਿਸ ਕਰਕੇ ਆਕਸੀਜਨ ਘਟਦੀ ਜਾ ਰਹੀ ਹੈ, ਇਹਦੇ ਕਰਕੇ ਬਿਮਾਰੀਆਂ ਫੈਲ ਰਹੀਆਂ। ਬਿਲਕੁਲ ਸਰ, ਦੇਖੋ ਵਾਤਾਵਰਨ ਔਰ ਕੁਦਰਤ ਸਾਡਾ ਸਭ ਤੋਂ ਵੱਡਾ ਮਿੱਤਰ ਹੈ। ਜੇ ਅਸੀਂ ਵਾਤਾਵਰਨ ਨੂੰ ਆਪਣਾ ਮਿੱਤਰ ਨਹੀਂ, ਸਖਾ ਨਹੀਂ ਬਣਾਉਂਦੇ ਤਾਂ ਨਹੀਂ। ਮੈਂ ਕਹਿੰਦਾ ਨਾ ਕਿ ਆਪਣੇ ਆਪ ਦਾ ਸ਼ਿੰਗਾਰ ਬੰਦ ਕਰ ਦਿਉ, ਕੁਦਰਤ ਨੂੰ ਸ਼ਿੰਗਾਰਨਾ ਔਰ ਧਰਤੀ ਨੂੰ ਸ਼ਿੰਗਾਰਨਾ ਸ਼ੁਰੂ ਕਰ ਦਿਉ। ਔਰ ਧਰਤੀ ਦਾ ਸ਼ਿੰਗਾਰ ਇਹੋ ਹੀ ਆ, ਮਿਊਜ਼ਿਕ ਜਿਹੜਾ ਹੈ ਉਹ ਪਕਸ਼ੀਆਂ ਦੀ ਆਵਾਜ਼ ਹੈ ਔਰ ਜਿਹੜਾ ਸ਼ਿੰਗਾਰ ਹੈ ਉਹ ਪੇੜ ਹਨ। ਠੀਕ ਹੈ, ਅੱਜ ਜ਼ਰੂਰਤ ਅਨੁਸਾਰ ਸਾਨੂੰ ਪੇੜ ਕੱਟਣੇ ਪੈ ਰਹੇ ਆ, ਸੜਕਾਂ ਬਣ ਰਹੀਆਂ, ਸਭ ਕੁਝ ਹੋ ਰਿਹਾ, ਲੇਕਿਨ ਆਪਾਂ ਜਿੰਨਾ ਉਹ ਡਿਫੋਰੈਸਟੇਸ਼ਨ ਕਰ ਰਹੇ ਹਾਂ ਓਨੀ ਪਲਾਂਟੇਸ਼ਨ ਵੀ ਤਾਂ ਕਰੀਏ ਨਾ, ਆਪਾਂ ਸਰਕਾਰ ਤਾਂ ਨਾ ਛੱਡੀਏ ਇਹਨੂੰ। ਹਰ ਵਿਅਕਤੀ ਅੱਜ, ਠੀਕ ਹੈ, ਜੇ ਪੂਰੇ ਆਪਣੇ ਸਾਲ ਦੇ ਵਿੱਚ 10 ਪੇੜ ਲਗਾਏਗਾ, ਸਾਨੂੰ 95,000 ਕਰੋੜ ਪੇੜ ਚਾਹੀਦੇ ਨੇ ਭਾਰਤ ਨੂੰ, ਅਤੇ ਆਪਾਂ ਤਾਂ ਆਪਾਂ ਮਨਸ਼ਾ ਕਰੀਬ ਕਰ ਸਕਦੇ ਹਾਂ। ਜਦੋਂ ਭਾਰਤ ਆਜ਼ਾਦ ਹੋਇਆ ਸੀ, 27% ਜੰਗਲ ਸੀ, 8% ਰਹਿ ਗਿਆ ਹੈ, ਪੂਰੀ ਧਰਤੀ ਆਪਾਂ ਗੰਜੀ ਕਰ ਦਿੱਤੀ ਹੈ। ਔਰ ਜੇ ਇਹੀ ਸਿਲਸਿਲਾ ਲਿਆ ਤਾਂ ਉਹ ਦਿਨ ਦੂਰ ਨਹੀਂ ਹੈ ਕਿ 51-52 ਸਾਡਾ ਟੈਂਪਰੇਚਰ ਹੋਊਗਾ, ਬਿਮਾਰੀਆਂ ਨੂੰ ਹੋਰ ਆਪਾਂ ਵਧਾਵਾਂਗੇ। ਆਪਾਂ ਬਾਕੀ ਜਿੱਦਾਂ ਬਾਕੀ ਦੇਸ਼ ਨੇ,
ਰਾਜਸਥਾਨ ਹੈ ਸਾਡਾ, ਕੁਛ ਇੱਕ ਲੋਕ ਹੈ ਉੱਥੇ ਮ੍ਰਿਤਕ ਸਰੀਰ ਦੀ ਯਾਦ ਵਿੱਚ ਉਸ ਵੇਲੇ ਪੇੜ ਲਗਾਏ ਜਾਂਦੇ ਨੇ। ਫਿਲੀਪਾਈਨਸ ਵਿੱਚ ਡਿਗਰੀਆਂ ਤਾਂ ਦਿੱਤੀ ਜਾਂਦੀ ਜੇਕਰ ਤੁਸੀਂ ਆਪਣੇ ਪੇੜ ਲਗਾਉਣ ਦਾ ਸਰਟੀਫਿਕੇਟ ਦਿੰਦੇ ਹੋ। ਕਿਉਂ ਨਹੀਂ ਵੱਡੀਆਂ ਸਰਕਾਰਾਂ, ਕਿਉਂ ਨਹੀਂ ਕੇਂਦਰੀ ਸਰਕਾਰ ਇਸ ਨੂੰ ਕੰਪਲਸਰੀ ਕਰ ਰਹੀ ਕਿ ਪੇੜ ਲਗਾਓ ਔਰ ਵਾਤਾਵਰਨ ਬਚਾਓ, ਪਾਣੀ ਬਚਾਓ ਅਤੇ ਵਾਤਾਵਰਨ ਬਚਾਓ। ਮੈਂ ਇਹ ਪ੍ਰਣ ਦੇਣਾ ਚਾਹੁੰਦਾ। ਮੈਂ ਤਾਂ ਇਹ ਵੀ ਕਹਿੰਦਾ ਕਿ ਮੈਂ ਫੇਸਬੁੱਕ 'ਤੇ ਪਾਇਆ ਸੀ ਕਿ 10 ਪੇੜ ਲਗਾਓ, ਉਹਨਾਂ ਨੂੰ ਸੁਰੱਖਿਅਤ ਕਰਨ ਦਾ ਜ਼ਿੰਮੇਵਾਰਾ ਲਓ, ਮੇਰੇ ਕੋਲ 1000 ਰੁਪਏ ਲੈ ਲਓ। ਮੈਂ ਤੁਹਾਨੂੰ ਇਸ ਮਾਧਿਅਮ ਤੋਂ ਕਹਿ ਰਿਹਾ, ਅੱਜ ਵੀ ਮੇਰੇ ਕੋਲ ਬੱਚਾ ਆਏ, ਕੋਈ ਵਿਅਕਤੀ ਆਏ, ਮੈਂ ਉਹਨੂੰ 1000 ਰੁਪਇਆ ਦਊਂਗਾ, 10 ਪੇੜ ਦਊਂਗਾ, ਉਹਨੂੰ ਲਗਾਏ, ਉਹਨੂੰ ਸੁਰੱਖਿਅਤ ਕਰੇ, ਠੀਕ ਹੈ, ਇਹ ਸਮੱਸਿਆ ਠੀਕ ਹੋ ਸਕਦੀ ਹੈ। ਕਮਿਟਮੈਂਟ ਦੀ ਲੋੜ ਹੈ ਆਪਣੀ ਜੀ। ਅੰਤਰਰਾਸ਼ਟਰੀ ਯੋਗ ਦਿਵਸ ਸਾਡੇ ਭਾਰਤ ਦੀ ਪਹਿਲਕਦਮੀ 'ਤੇ ਹੀ ਪੂਰੀ ਦੁਨੀਆ ਦੇ ਵਿੱਚ ਇਸ ਨੂੰ ਮਾਨਤਾ ਮਿਲੀ ਸੀ UNA ਵੱਲੋਂ, ਔਰ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਲਗਾਤਾਰ ਇੰਨੇ ਸਾਲ ਤੋਂ ਜਦ ਇਹ ਸ਼ੁਰੂ ਹੋਇਆ ਅਸੀਂ ਲਗਾਤਾਰ KRMDAV ਕਾਲਜ ਨਕੋਦਰ ਵਿੱਚ ਮਨਾ ਰਹੇ ਹਾਂ, ਔਰ ਅੱਜ ਵੀ ਇਸ ਬਹੁਤ ਉਤਸ਼ਾਹ ਦੇ ਨਾਲ ਇਹਨੂੰ ਮਨਾਇਆ ਗਿਆ ਹੈ। KRMDAV ਕਾਲਜ ਨਕੋਦਰ ਦੇ ਨਾਲ ਨਾਲ ਇੱਥੇ ਮਲਾਵੀ ਦੇਵੀ ਸਕੂਲ ਦੇ ਵਿਦਿਆਰਥੀ, ਇੱਥੇ ਗੁਰੂ ਨਾਨਕ ਨੈਸ਼ਨਲ ਕਾਲਜ ਨਕੋਦਰ ਦੇ ਵਿਦਿਆਰਥੀ ਔਰ ਮਦਰਸ ਪ੍ਰਾਈਡ ਮਲਸੀਆਂ ਸਕੂਲ ਦੇ ਵਿਦਿਆਰਥੀ ਤੋਂ ਇਲਾਵਾ ਨਕੋਦਰ ਦੇ ਹੋਰ ਬਹੁਤ ਸਾਰੇ ਜਨ ਮਾਨਸ ਇਸ ਸੈਲੀਬ੍ਰੇਸ਼ਨ ਦੇ ਵਿੱਚ ਸ਼ਾਮਿਲ ਹੋਏ ਨੇ, ਔਰ ਸਾਨੂੰ ਇਸ ਗੱਲ ਦਾ ਬੜਾ ਮਾਣ ਹੈ ਕਿ ਸਾਰੇ ਜਥੇਬੰਦੀਆਂ ਨੇ, ਇੰਸਟੀਟਿਊਸ਼ਨਸ ਨੇ ਰਲ ਮਿਲ ਕੇ ਬੜੇ ਜੋਸ਼ ਔਰ ਉਤਸ਼ਾਹ ਦੇ ਨਾਲ ਇਹਦੇ ਵਿੱਚ ਆਪਣਾ ਯੋਗਦਾਨ ਪਾਇਆ ਹੈ। ਜਿੱਥੇ ਤੱਕ ਗੱਲ ਹੈ 21 ਪੰਜਾਬ ਬਟਾਲੀਅਨ NCC ਦਾ ਵੀ ਬੜਾ ਵੱਡਾ ਯੋਗਦਾਨ ਹੈ, ਲਾਇੰਸ ਕਲੱਬ ਗ੍ਰੇਟਰ ਨਕੋਦਰ ਦਾ ਬੜਾ ਵੱਡਾ ਯੋਗਦਾਨ ਹੈ, ਔਰ ਇਸ ਯੋਗ 'ਤੇ ਦਿਵਸ 'ਤੇ ਅੱਜ ਇੱਕ ਵਿਲੱਖਣ ਕੰਮ ਅਸੀਂ ਇਹ ਵੀ ਕੀਤਾ ਕਿ ਜਿੰਨੇ ਵੀ ਪਾਰਟੀਸਪੈਂਟ ਆਏ ਹੈ ਉਹਨਾਂ ਨੂੰ ਜਾਣ ਲੱਗੇ ਜਿਹੜੀ ਰਿਫਰੈਸ਼ਮੈਂਟ ਤਾਂ ਅਸੀਂ ਹਰ ਸਾਲ ਦਿੰਦੇ ਹਾਂ, ਲੇਕਿਨ ਇਸ ਵਾਰੀ ਅਸੀਂ ਬੂਟਿਆਂ ਦਾ ਲੰਗਰ ਵੀ ਲਾਇਆ ਜਿਹੜਾ ਕਿ ਪੰਜਾਬ ਗਵਰਨਮੈਂਟ ਦੇ ਫੋਰੈਸਟ ਡਿਪਾਰਟਮੈਂਟ ਵੱਲੋਂ ਸਪੋਂਸਰ ਕੀਤੇ ਗਏ ਨੇ, ਔਰ ਡੋਨਰਸ ਕਲੱਬ ਜਿਹੜੀ ਇੱਥੇ ਲੋਕਲ ਇੱਕ NGO ਹੈ ਉਹਦੇ ਰਾਹੀਂ ਅਸੀਂ ਇੱਕ ਇੱਕ ਬੂਟਾ ਵੀ ਜਿਹੜਾ ਜਿੰਨੇ ਪਾਰਟੀਸਪੈਂਟ ਨੂੰ ਅਸੀਂ ਦੇ ਰਹੇ ਹਾਂ, ਅਤੇ ਮੈਨੂੰ ਲੱਗ ਰਿਹਾ ਕਿ ਯੋਗ ਦੀ ਜਿਹੜੀ ਇਸ ਦਿਵਸ ਮਨਾਉਣ ਦੀ ਮਹੱਤਤਾ ਹੋਰ ਵੀ ਵੱਧ ਜਾਂਦੀ ਹੈ।